ਪਰਸਨੈਲਿਟੀ ਦਾ ਜਿਹੜਾ ਸਹੀ ਮਤਲਬ ਹੋਣਾ ਤੁਸੀਂ ਗੱਲਾਂ ਕਰਦੇ ਪਏ ਜੀ ਕਿਸੇ ਨਾਲ ਹੋਰ ਨਾਲ ਜੀ ਬੰਦਾ ਕੋਲ ਲੱਗੇ ਖੜਾ ਹੋ ਕੇ ਗੱਲ ਸੁਣੀ ਗੱਲ ਸੁਣੀ ਕਾਰ ਪਰਸਨੈਲਿਟੀ ਜੀ ਜੀ ਜਵਾਨ ਜਿਹਨੇ ਕਰਕੇ ਜਾਂਦਾ ਰੋਕ ਰਿਹਾ ਉਹਨੇ ਬਿਲਕੁਲ ਠੀਕ ਹੈ ਓਕੇ ਐਡੀ ਅਟਰੈਕਸ਼ਨ ਤੁਹਾਡੀਆਂ ਗੱਲਾਂ ਬੰਦਾ ਬਾਬਾ ਸਾਹਿਬ ਮਜ਼ਾ ਆਉਂਦਾ ਬਿਲਕੁਲ ਹੁਣ ਤੁਸੀਂ ਆਏ ਹੋ ਜੀ ਬਿਲਕੁਲ ਉਰੇ ਆਓ ਹਾਂਜੀ ਅੰਕਲ ਜੀ ਸਹੁਰੇ ਘਰ ਜਾਣਾ ਹਾਂਜੀ ਜਵਾਈ ਬਣ ਕੇ ਨਹੀਂ ਜਾਣਾ ਹਾਂਜੀ ਕੁਛ ਰਿਸਪੈਕਟ ਖਤਮ ਹੋ ਜਾਂਦੀ ਹਾਂਜੀ ਕੋਈ ਜਵਾਈ ਹਾਥੀ ਨੂੰ ਥੋੜ੍ਹਾ ਲੈ ਗਿਆ ਬਿਲਕੁਲ ਸਹੀ ਗੱਲ ਮੈਨੂੰ ਆਹ ਖਾਣਾ ਜੀ ਜੋ ਬਣਿਆ ਤੁਸੀਂ ਖਾਣਾ ਹਾਂਜੀ ਉਹ ਜੋ ਬਣਿਆ ਤੁਹਾਨੂੰ ਖਿਲਾ ਨਹੀਂ ਲੱਗੇ ਉਹ ਹਾਂਜੀ ਹਾਂਜੀ ਸਪੈਸ਼ਲੀ ਦੇਣਗੇ ਹਾਂ ਭੁੱਖ ਲੱਗੀ ਇੱਕ ਵਾਰ ਗਿਆ ਚਾਹ ਪਾਉਣ ਲੱਗੇ ਪਿਓ ਵਾਲੀ ਨੇ ਖਰਾਬ ਹੈ ਕਿੱਦਾਂ ਠਾਕਾ ਆ ਗਏ ਇੱਦਾਂ ਮਜ਼ਾ ਨਹੀਂ ਆਉਂਦਾ ਮੈਂ ਕਹਿ ਵੀ ਕੁਝ ਨਹੀਂ ਸਕਦਾ ਨਾ ਕਹਿ ਨਹੀਂ ਸਕਦਾ ਮੈਂ ਮਿਸੀ ਨੂੰ ਕਿਹਾ ਭਾਗ ਬੰਨੇ ਮੈਂ ਗੱਲ ਨਹੀਂ ਮੈਂ ਡੱਬਾ ਖੋਲਿਆ ਚਾਰ ਚੁੱਕੇ ਪਾਏ ਸਬਜ਼ੀ ਪਾਈ ਨਾਲ ਮਲਾਇਆ ਚਾਹ ਖਾ ਕਹਿੰਦੀ ਇਹ ਕਿਵੇਂ ਖਾਣੇ ਮੈਂ ਡੰਗਰਾਂ ਨੇ ਖਾਣੀ ਤੁਸੀਂ ਖਾਣ ਰੋਟੀ ਖਾਣੀ ਇਹ ਹੈ ਮੇਰੇ ਅੰਦਰ ਸਪੈਸ਼ਲ ਕੋਈ ਚੀਜ਼ ਨਹੀਂ ਚਾਹੀਦੀ ਫਾਰਮੈਲਿਟੀ ਨਾ ਕਰੋ ਪੰਗ ਖਾਣਾ ਵੀ ਚਾਹੀਦਾ ਬਹੁਤ ਸਮਝੋ ਬਿਲਕੁਲ ਪੁੱਤਾਂ ਰੋਟੀ ਖਾਣੀ ਨਾ ਬਿਲਕੁਲ ਸਮਝਿਆ ਕੀ ਹੈ ਬਸ ਹੈਲੋ ਸਹੀ ਗੱਲ ਬਿਲਕੁਲ ਐਵੇਂ ਆਕੜੀ ਜਾਵੇ ਨਹੀਂ ਉਹ ਇਹ ਇਹ ਤਾਂ ਸਾਡੇ ਲੋਕਾਂ ਦੇ ਵਿੱਚ ਥੋੜ੍ਹੀ ਜਿਹੀ ਉਹ ਬਣਿਆ ਹੋਇਆ ਮੈਂ ਸੁੱਕਿਆ ਮਾਂਬ ਲੈ ਜਾਂਦੇ ਉਹਨੇ ਘਰ ਹਾਂ ਕਈ ਨਾਖਾਂ ਲੈ ਜਾਂਦੇ ਕੋਈ ਕੁਛ ਲੈ ਜਾਂਦਾ ਕੋਈ ਕੁਛ ਲੈ ਜਾਂਦਾ ਪੈਂਦੇ ਆਹੋ ਲਈ ਆਉਂਦਾ ਹੀ ਆ ਬੰਦਾ ਬੱਚਿਆਂ ਵਾਸਤੇ ਹਾਂ ਮੈਂ ਤਾਂ ਕਿਹਾ ਮੇਰੇ ਨਾਲ ਕਦੇ ਮੂੰਹ ਨਹੀਂ ਲਵਾਈ ਚੱਕ ਕੇ ਫਿਰ ਚੋਂ ਬਾਹਰ ਲੈ ਰੋਟੀ ਕਰੀ ਖਰਾਬ ਕਰੀ ਘਰ ਨੂੰ ਆਇਆ ਇਹ ਵੀ ਸਾਰਾ ਸਮਝ ਨਹੀਂ ਆਈ ਮੈਨੂੰ ਚੜਦੇ ਕੀ ਹੈ ਯਾਰ ਕਿ ਮੈਂ ਉਹ ਚੀਜ਼ ਨਹੀਂ ਆਊਂਗਾ ਮੈਨੂੰ ਖਿਲਾਉਣਗੇ ਆਪ ਵੀ ਖਾਊਂਗੇ ਮੈਂ ਬਾਜ਼ਾਰ 'ਚ ਗਿਆ ਟਮਾਟਰ ਰੇਡੀਮੇਡ ਟਮਾਟਰ ਦੀ ਪਾਗਨ 10 ਰੁਪਏ ਕਿਲੋ ਮੈਂ ਕਿਲੋ ਪਾ ਦਿੱਤਾ ਅੱਛਾ ਬਾਜ਼ਾਰ ਗਿਆ ਹਲਵਾਈ ਦੁਕਾਨ ਪੀਰ ਸਕਦਾ ਤਿੰਨ ਭਾਅ ਪਨੀਰ ਵਾ ਮੈਂ ਘਰ ਗਿਆ ਨੂੰ ਆਈ ਗਿਆ ਅੰਕਲ ਜੀ ਪੈਰੀ ਪੈਂਦੇ ਆ ਮੈਂ ਖਾ ਗਈ ਮੈਂ ਕਿਹਾ ਚੀਜ਼ ਟਮੈਟੋ ਖਾਣਾ ਸ਼ਾਮੀ ਬਣਾ ਕੇ ਮੈਨੂੰ ਅੱਛਾ ਆ ਗਈ ਤੁਹਾਨੂੰ ਕਹਿਣਾ ਸੀ ਆ ਕੇ ਮੈਂ ਕਿਹਾ ਗੁੱਸਾ ਨਾ ਕਰ ਦੋਸਤ ਸ਼ਾਮੀ ਉਸ ਨੂੰ ਕਿਉਂ ਨਹੀਂ ਕਿਹਾ ਅੱਛਾ ਸਾਲਾਂ ਦੇ ਨਾਲ ਉਹ ਪਾਠਕ ਸਾਹਿਬ ਜੀ ਆ ਨਵਾਂ ਕੰਮ ਕਰਤਾ ਹੁਣ ਕਰਨਾ ਬਹੁਤ ਬਹੁਤ ਲੇਟ ਕੀਤਾ ਲੇਟ ਹੋ ਗਿਆ ਮੈਂ ਕਹਿੰਦਾ ਕਿਉਂ ਉਹ ਮੈਂ ਕਿਹਾ ਇੰਨੀ ਬੜੀ ਮਾਂਬਲ ਲੈ ਗਏ ਸੜੇ ਗਲੇ ਖਰੇ ਮਾੜੇ ਕਦੇ ਖਿਲਾਏ ਤੁਸੀਂ ਕਹਿੰਦਾ ਭਰਾਵਾ ਜੋ ਤੂੰ ਖਾਣਾ ਤੂੰ ਮਰਜ਼ੀ ਨੂੰ ਬਣਾ ਲਿਆ ਕਰ ਆਵੇ ਅਪਰੀਸ਼ੀਏਟ ਬਹੁਤ ਵਧੀਆ ਲੱਗਿਆ ਸੋ ਤੁਹਾਨੂੰ ਕਿੱਦਾਂ ਲੱਗੀਆਂ ਸਾਡੇ ਤੁਸੀਂ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਨੇ ਆ ਤੇ ਮਾਲਕ ਚੜ੍ਹਦੀ ਕਲਾ ਚ ਰੱਖੇ ਏਦਾਂ ਹੀ ਮਤਲਬ ਹੈਪੀ ਲਾਈਫ ਦੇਵੇ ਜਿੰਨੀ ਵੀ ਦੇਵੇ ਤਾਂ ਵਧੀਆ ਜਿਹੜਾ ਦੁਨੀਆਂ ਨੂੰ ਖੁਸ਼ ਕਰਦਾ ਉਹ ਆਪ ਖੁਸ਼ ਰਹੇ ਅਤੇ ਤਾਂ ਹੀ ਸਵਾਦ ਹੈ ਵਧੀਆ ਲੱਗਿਆ ਮਿਲ ਕੇ ਗੱਲਾਂ ਯਾਦ ਆ ਜਾਂਦੀਆਂ ਬਸ ਗੱਲਾਂ ਗੱਲਾਂ ਦੇ ਵਿੱਚ ਗੱਲ ਦੀ ਗਾਣ ਬਲ ਜੇ ਤਾਂ ਬਿਨਾਂ ਗਾਲ ਦੇ ਪੰਗਾ ਨਹੀਂ ਹੋ ਸਕਦਾ ਹੈਂ ਅਤੇ ਪੰਗੇ ਆਪਾਂ ਪਾਉਣੇ ਨਹੀਂ ਗੱਲਾਂ ਯਾਦ ਰਹਿੰਦੀਆਂ ਇਹ ਗੱਲਾਂ ਸਦਾ ਲਈ ਤੁਹਾਡੀਆਂ ਯਾਦ ਹੈ ਮੇਰੇ ਤੋਂ ਸੇਵ ਹੋ ਗਈਆਂ ਬਹੁਤ ਬਹੁਤ ਧੰਨਵਾਦ